हेलो फ्रेंड्स, दिस इज गुरप्रीत सिंह फ्रॉम वीजा गुरु स्टडी अब्रॉड सेक्टर 17 चंडीगढ़। कैनेडा वीजा बल्क दे विच आ रहा, पीपीआर बल्क दे विच आउणियां स्टार्ट हो गई। स्टूडेंट्स कुछ कु कॉलेजेस दीआं साडीआं पीपीआर भी आईआं 29 30 ते 1 तरीक दीआं। बहुत ही अमेजिंग वीडियो होने वाली आ, क्योंकि तुसीं जिवें ही असी ए चैनल दे विच अपनी वीडियो स्टार्ट कीतियां, जो भी अज तक किया, जो भी प्रोडक्शन कीती, ओ 100% जिहड़ी सच हुई। उसका रीजन की आ, साडी एक रिसर्च आ अपने काम दे विच, एक डेडिकेशन आ सानू, फोकस आ साडा अपने काम दे विच, जिस करके कोई भी प्रोडिक्शन करदे आ तकरीबन आलमोस्ट ज़्यादातर वो सच हुंदी आ। जिवें कि क्यूबेक दा क्या सीगा कि आउण वाला ट्रेंड किवें दा होण वाला, ਤਾਂ ਉਹੀ ਤੁਸੀਂ ਦੇਖਿਓ ਕਿ ਉਹੀ ਚੀਜ਼ਾਂ ਹੋਈਆਂ ਜੋ ਕਹੀਆਂ ਸੀ। ਉਸ ਤੋਂ ਬਾਅਦ ਫਲਾਈਟਸ ਦਾ ਕਿਹਾ ਕਿ ਹੁਣ ਫਲਾਈਟਸ ਓਪਨ ਹੋ ਜਾਣਗੀਆਂ, ਤਾਂ ਫਲਾਈਟਸ ਓਪਨ ਹੋ ਗਈਆਂ। ਹੁਣ ਸਟੂਡੈਂਟਸ ਬਲਕ ਦੀ ਮੈਂ ਲਾਸਟ ਵੀਡੀਓ ਪਾਈ ਸੀ ਕਿ ਪੀਪੀਆਰਸ ਬਲਕ ਦੇ ਵਿੱਚ ਆਉਣਗੀਆਂ, ਤਾਂ ਪੀਪੀਆਰਸ ਬਲਕ ਦੇ ਵਿੱਚ ਆ ਰਹੀਆਂ, ਵੀਜ਼ਾਸ ਆ ਰਹੇ, ਜਿਹੜੇ ਬੱਚੇ ਬਹੁਤ ਟਾਈਮ ਤੋਂ ਸਟੱਕ ਸੀਗੇ। ਬਹੁਤ ਹੀ ਅਮੇਜ਼ਿੰਗ ਸੈਸ਼ਨ ਹੋਣ ਵਾਲਾ ਇਹ। 6-7 ਪੁਆਇੰਟ ਆਪਾਂ ਇਦਾਂ ਦੇ ਇਸ ਵਿੱਚ ਮੈਂਸ਼ਨ ਕਰਾਂਗੇ, ਜਿਸ ਨਾਲ ਤੁਹਾਨੂੰ ਸਾਰੀ ਇੱਕ ਇਨਫੋਰਮੇਸ਼ਨ ਅਪਡੇਸ਼ਨ ਮਿਲ ਜਾਏਗੀ। ਔਰ ਬਾਇਓਮੈਟ੍ਰਿਕ ਜਿਹੜੇ ਕਲੋਜ਼ ਹੋ ਚੁੱਕੇ ਆ, ਫਿੰਗਰਪ੍ਰਿੰਟ ਜਿਹੜੇ ਹੁੰਦੇ ਸੀਗੇ ਉਹਨਾਂ ਦੀਆਂ ਡੇਟਾਂ ਨਹੀਂ ਮਿਲ ਰਹੀਆਂ, ਹੁਣ ਉਹ ਕਦੋਂ ਓਪਨ ਹੋਣਗੇ ਇਸ 'ਤੇ ਗੱਲ ਕਰਾਂਗੇ, ਔਰ ਕਲੋਜ਼ ਕਿਉਂ ਹੋਏ ਆ ਇਹ ਵੀ ਆਪਾਂ ਮੈਂਸ਼ਨ ਕਰਾਂਗੇ। ਸਪਾਊਸ ਪੀਪੀਆਰਸ ਅੱਜ ਤੋਂ ਸਟਾਰਟ ਹੋ ਗਈਆਂ 1 ਅਕਤੂਬਰ ਤੋਂ, ਇਸ 'ਤੇ ਆਪਾਂ ਗੱਲ ਕਰਾਂਗੇ। RT-PCR ਟੈਸਟ, ਤੁਸੀਂ ਏਅਰਪੋਰਟ ਕਿਵੇਂ ਤੁਸੀਂ 1 ਘੰਟੇ ਦੇ ਵਿੱਚ ਹੀ ਟੈਸਟ ਕਰਵਾ ਸਕਦੇ ਹੋ, ਇਹ ਵੀ ਆਪਾਂ ਮੈਂਸ਼ਨ ਕਰਾਂਗੇ। ਪੈਕੇਜਸ ਵਾਲੇ ਸਟੂਡੈਂਟਸ, ਇੱਕ ਬੈਡ ਨਿਊਜ਼ ਆ ਇਸ ਵੀਡੀਓ ਦੇ ਵਿੱਚ ਕਿ ਪੈਕੇਜਸ ਵਾਲੇ ਸਟੂਡੈਂਟਸ ਦਾ ਬੈਨ ਲੱਗ ਰਿਹਾ, ਉਸ 'ਤੇ ਗੱਲ ਕਰਾਂਗੇ ਕਿ ਕਿਵੇਂ ਇੱਕ ਲੋ ਕਲਾਸ ਕਾਲਜਸ ਦਾ ਏਜੰਟਸ ਅਪਲਾਈ ਕਰਦੇ ਆ ਅਤੇ ਉਹਨਾਂ ਦਾ 5-5 ਸਾਲ ਦਾ ਕਿਵੇਂ ਬੈਨ ਲੱਗਦਾ, ਕਿਵੇਂ ਬੱਚਿਆਂ ਦੀ ਲਾਈਫ ਖਰਾਬ ਹੁੰਦੀ ਆ। ਦੈਨ ਆਪਾਂ ਗੱਲ ਕਰਾਂਗੇ ਰਿਫਿਊਜ਼ ਸਟੂਡੈਂਟਸ 'ਤੇ, ਜੋ ਰਿਫਿਊਜ਼ ਹੋਏ ਆ। ਤਾਂ ਸਟੂਡੈਂਟਸ ਆਲਮੋਸਟ ਇਹ ਵੀਡੀਓ ਇੱਕ ਪਰਫੈਕਟ ਜਿਹੜਾ ਸੈਸ਼ਨ ਹੋਣ ਵਾਲਾ, ਤਾਂ ਮੇਰੀ ਰਿਕੁਐਸਟ ਆ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਲਾਈਕ ਜ਼ਰੂਰ ਕਰੋ ਐਂਡ ਸ਼ੇਅਰ ਜ਼ਰੂਰ ਕਰੋ, ਤਾਂ ਕਿ ਆਉਣ ਵਾਲੀਆਂ ਅਪਡੇਸ਼ਨਸ ਤੁਹਾਨੂੰ ਵੀ ਪਤਾ ਲੱਗ ਸਕਣ, ਔਰ ਤੁਹਾਡੇ ਜਿਹੜੇ ਫਰੈਂਡਲੀ ਸਰਕਲ 'ਚ ਆ ਉਹਨਾਂ ਨੂੰ ਵੀ ਪਤਾ ਲੱਗੇ ਤੁਹਾਡੇ ਸ਼ੇਅਰ ਕਰਨ ਦੇ ਨਾਲ। ਔਰ ਇਸ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ, ਤਾਂ ਕਿ ਇਹ ਸਾਰੀ ਵੀਡੀਓ ਤੁਹਾਡੇ ਫਿਊਚਰ ਨਾਲ ਰਿਲੇਟਡ ਆ। ਤੁਹਾਡਾ ਫਿਊਚਰ ਇੱਕ ਕੁਐਸਚਨ ਮਾਰਕ ਆ, ਜਿਨ੍ਹਾਂ ਦੇ ਰਿਜ਼ਲਟਸ ਨਹੀਂ ਆ ਰਹੇ ਜਾਂ ਜਿਨ੍ਹਾਂ ਦੇ ਆ ਚੁੱਕੇ ਆ, ਉਹ ਕਿਵੇਂ ਅੱਗੇ ਕੀ ਆਪਣੀ ਜਿਹੜਾ ਕੈਰੀਅਰ ਆ ਉਹ ਉਹਨੂੰ ਮੇਨਟੇਨ ਕਰ ਸਕਦੇ, ਆਪਣੇ ਕੈਰੀਅਰ ਨੂੰ। ਆਲ ਫੋਕਸ ਆਪਾਂ ਫਿਊਚਰ 'ਤੇ ਰੱਖਿਆ, ਜੋ ਸਟੂਡੈਂਟਸ ਆ, ਸਪਾਊਸ ਆ, ਪੀਆਰ ਆ, ਕੋਈ ਕੈਟਾਗਰੀ ਦੇ ਵੀ ਆ। ਤਾਂ ਪੀਪੀਆਰ ਬਲਕ ਦੇ ਵਿੱਚ ਆਈਆਂ 29-30 ਤਰੀਕ ਅਤੇ 1 ਤਰੀਕ। ਸਾਡੀਆਂ ਵੀ 3 ਪੀਪੀਆਰ ਆਈਆਂ, ਉਹਨਾਂ ਦੀ ਟਾਈਮਲਾਈਨ 'ਤੇ ਗੱਲ ਕਰਾਂਗੇ। ਬਹੁਤ ਹੀ ਅਮੇਜ਼ਿੰਗ ਪੀਪੀਆਰ ਸੀ, ਜਿਵੇਂ ਕਿ ਕਈ ਕਹਿੰਦੇ ਜੀ ਨੋਨ SDS ਵੀਜ਼ਾ ਨਹੀਂ ਆ ਰਹੇ, PTE ਨਹੀਂ ਆ ਰਹੇ, 1-5 ਨਹੀਂ ਆ ਰਹੇ, ਤਾਂ ਤੁਹਾਨੂੰ ਦੱਸਾਂਗੇ ਕਿ ਵੀਕ ਕੇਸਾਂ ਦੇ ਅਸੀਂ ਵੀਜ਼ਾ ਕਿਵੇਂ ਲੈ ਰਹੇ ਹਾਂ। ਤਾਂ ਪਹਿਲਾ ਇਹ ਹੈਗਾ ਜੀ ਰਮੇਸ਼ ਆਦੀਵਾਲ ਜੀ, 29 ਸਤੰਬਰ ਦੀ ਇਹਨਾਂ ਦੀ PPR ਆਈ ਆ, ਯੂ ਕੈਨ ਸੀ ਦੈਟ। ਇਹਨਾਂ ਦੀ ਸੀ ਜੀ 1-5 ਰੀਡਿੰਗ 'ਚੋਂ ਸੀਗੇ। ਆਰਟਸ 2019 ਇਹਨਾਂ ਨੇ ਆਰਟਸ ਵਿੱਚ +2 ਕੀਤੀ ਹੋਈ ਆ, 19 ਪਾਸ ਆਊਟ ਆ, 82% ਨੰਬਰ ਆ। ਜਨਰਲ ਆਰਟਸ ਐਂਡ ਸਾਇੰਸ ਦੇ ਵਿੱਚ ਇਹਨਾਂ ਨੇ ਕੋਰਸ ਲਿਆ ਸੀਗਾ ਇਹਨਾਂ ਦਾ 2 ਸਾਲ ਦਾ, ਜੋਰਜੀਅਨ ਬੈਰੀ ਕੈਂਪਸ। 2 ਟਾਈਮ ਰਿਫਿਊਜ਼ ਸੀਗੇ ਇਹ ਅਨਦਰ ਏਜੰਟ ਤੋਂ, ਤੀਜੀ ਵਾਰ ਸਾਡੇ ਕੋਲ ਆਏ ਤਾਂ ਇਹਨਾਂ ਦਾ ਵੀਜ਼ਾ ਲੱਗਿਆ। ਤਾਂ ਆਪਾਂ ਇਹਨਾਂ ਨੂੰ ਕੰਗਰੈਚੂਲੇਟ ਕਰਾਂਗੇ ਰਮੇਸ਼ ਆਦੀਵਾਲ ਜੀ, ਕਿਉਂਕਿ 1-5 ਬੈਂਡ ਸੀ ਇਹਨਾਂ ਦਾ, ਅਸੀਂ ਕੋਰਸ ਥੋੜ੍ਹਾ ਸੌਖਾ ਲੈ ਲਿਆ, ਫਾਈਨੈਂਸ਼ੀਅਲੀ ਫਾਈਨੈਂਸ਼ੀਅਲ ਵਧੀਆ ਲਾ ਕੇ, SOP ਲਾ ਕੇ ਇਹਨਾਂ ਦਾ ਵੀਜ਼ਾ ਲੈ ਲਿਆ ਵਿਦਇਨ 17 ਡੇਜ਼, 17 ਦਿਨਾਂ ਦੇ ਵਿੱਚ। ਦੈਨ ਸਟੂਡੈਂਟਸ ਆਪਾਂ ਗੱਲ ਕਰਾਂਗੇ ਉਪਕਾਰ ਸਿੰਘ ਦੀ, ਇਹ ਆ ਜੀ 30 ਸਤੰਬਰ ਨੂੰ ਇਹਨਾਂ ਦੀ PPR ਆਈ ਆ। ਇਸ ਦੇ ਵਿੱਚ ਇਹਨਾਂ ਦੀ ਟਾਈਮਲਾਈਨ ਕੀ ਸੀ, 6.5 ਬੈਂਡ, ਨੋ ਲੈਸ ਦੈਨ 6.5, ਨੋਨ ਮੈਡੀਕਲ ਕੰਪਿਊਟਰ ਪ੍ਰੋਗਰਾਮਿੰਗ, 4 ਸਾਲਾਂ ਦਾ ਗੈਪ, ਮੇਨ ਚੀਜ਼ ਇਹਨਾਂ ਦਾ 4 ਸਾਲਾਂ ਦਾ ਗੈਪ ਸਟੂਡੈਂਟਸ, ਔਰ ਕੁਛ ਨਹੀਂ ਕੀਤਾ ਸੀ 4 ਸਾਲਾਂ ਦੇ ਵਿੱਚ, ਸਿਰਫ ਇਹਨਾਂ ਦੀ ਮੈਰਿਜ ਹੋਈ ਸੀਗੀ। ਐਲਗੋਕਿਨ ਕਾਲਜ ਹੈ ਜੀ ਓਟਵਾ, ਔਰ ਇਹਨਾਂ ਦਾ ਵੀਜ਼ਾ ਕਿਵੇਂ ਆਇਆ 4 ਸਾਲ ਦਾ, ਅਸੀਂ ਸਿਰਫ SOP 'ਚ ਮੈਂਸ਼ਨ ਕੀਤਾ ਕਿ ਮੈਰਿਜ ਹੋ ਗਈ ਸੀ, ਉਸ ਤੋਂ ਬਾਅਦ ਬੱਚਾ ਹੋ ਗਿਆ, ਔਰ ਇਹਨਾਂ ਦੀ ਲਾਈਫ ਆ ਜਿਹੜੀ ਇੱਕ ਹੋਰ ਡਾਇਰੈਕਸ਼ਨ ਦੇ ਵਿੱਚ ਚਲੀ ਗਈ, ਬਟ ਹੁਣ ਇਹਨਾਂ ਨੇ ਕਿਹਾ ਕਿ ਚਲੋ ਫੈਮਿਲੀ ਸੈੱਟ ਹੋ ਗਈ ਆ, ਹੁਣ ਸਟੱਡੀ ਕਰਕੇ ਆਪਣੇ ਫਿਊਚਰ ਨੂੰ ਹੋਰ ਅੱਛਾ ਬਣਾਇਆ ਜਾਵੇ।
ਤਾਂ ਇਹਨਾਂ ਦਾ ਵੀਜ਼ਾ ਐਲਗੋਕਿਨ ਓਟਵਾ ਕਾਲਜ ਦੇ ਵਿੱਚ ਆਇਆ, ਓਟਵਾ ਕੈਂਪਸ ਆ। ਸਟੂਡੈਂਟਸ ਰੀਜਨਲ ਏਰੀਆ ਜ਼ਰੂਰ ਚੂਜ਼ ਕਰ ਲਿਆ ਕਰੋ, ਤੁਹਾਡਾ ਗੈਪ ਆ, ਇੱਕ ਚੋਂ ਸਾਡੇ ਬਣ ਜਾ, PTE ਆ, ਰਿਫਿਊਜ਼ ਹੋ ਚੁੱਕੇ ਹੋ, ਕਿਸੇ ਤਰ੍ਹਾਂ ਦਾ ਵੀ ਵੀਕ ਪੁਆਇੰਟ ਆ ਤੁਹਾਡੇ ਕੇਸ ਦੇ ਵਿੱਚ, ਰੀਜਨਲ ਏਰੀਆ ਬੈਕਵਰਡ ਜਿੱਥੇ ਰਸ਼ ਥੋੜ੍ਹਾ ਘੱਟ ਹੋਵੇ ਉੱਥੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਕੇ 100% ਵੀਜ਼ਾ ਲੈ ਸਕਦੇ ਹੋ। ਹੁਣ ਇੱਕ ਸਟੋਰੀ ਤੁਹਾਡੇ ਨਾਲ ਮੈਂ ਇੱਦਾਂ ਦੀ ਯੂਨੀਕ ਸਟੋਰੀ ਕਰ ਰਿਹਾ ਕਿ ਤੁਸੀਂ ਹੈਰਾਨ ਹੋ ਜਾਓਗੇ। ਔਰ ਉਹ ਯੂਨੀਵਰਸਿਟੀ ਬਹੁਤ ਘੱਟ ਏਜੰਟ ਕਰ ਰਿਹਾ। ਮਹਿੰਦਰ ਸਿੰਘ ਰਾਜਪੂਤ ਆ ਜੀ, ਇਹ ਹੈਗੇ ਆ ਜੀ ਜਮੁਨਾ ਨਗਰ ਤੋਂ। 29 ਸਤੰਬਰ ਦੀ PPR ਇਹਨਾਂ ਦੀ ਆਈ ਆ। ਔਰ ਇਹਨਾਂ ਦੀ ਕੀ ਸੀ, ਅਸੀਂ ਇਹਨਾਂ ਦਾ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੋਰਸ ਸੀ, 4 ਸਾਲ ਦੀ ਡਿਗਰੀ, ਤੁਹਾਨੂੰ ਯੂਨੀਵਰਸਿਟੀ ਵੀ ਮੈਂ ਦੱਸਦਾ। ਪਲੱਸ ਟੂ 2020 ਪਾਸ ਆਊਟ ਸੀ, ਕਮਰਸ ਵਿੱਚ 79% ਔਰ ਟੋਫਲ ਕੀਤੀ ਹੋਈ ਸੀ। ਟੋਫਲ ਦੇ ਵਿੱਚ ਇਹਨਾਂ ਦੇ ਸੀਗੇ 79, ਮਤਲਬ 120 ਨੰਬਰਾਂ ਦਾ ਹੁੰਦਾ ਇਹ ਪੇਪਰ ਟੋਫਲ ਦਾ। ਇਹਨਾਂ ਤੋਂ ਆਈਲੈਸ ਨਹੀਂ ਹੋ ਰਹੀ ਸੀਗੀ ਔਰ ਇਹ ਇੱਕ ਟਾਈਮ ਰਿਫਿਊਜ਼ ਸੀਗੇ, ਦੋਨਾਂ 'ਚੋਂ 5.5 ਆਉਂਦੇ ਸੀਗੇ। ਇਹਨਾਂ ਨੇ ਟੋਫਲ ਕਰ ਲਈ, ਸਾਡੇ ਕੋਲ ਆਏ, ਇਹ ਬਹੁਤ ਦੂਰੋਂ ਚੱਲ ਕੇ ਆਏ, ਤਾਂ ਅਸੀਂ ਇਹਨਾਂ ਨੂੰ ਯੂਕੋਨ ਯੂਨੀਵਰਸਿਟੀ ਦਵਾਤੀ। ਯੂਕੋਨ ਇੱਕ ਟੈਰੀਟੇਰੀ ਆ, ਇਹ ਇੱਕ ਏਰੀਆ ਵਾਈਟ ਹਾਰਸ, ਮਤਲਬ ਬਰਫ਼ ਨਾਲ ਢੱਕਿਆ ਹੋਇਆ ਉਹ ਏਰੀਆ, ਉੱਥੇ ਆਬਾਦੀ ਬਹੁਤ ਘੱਟ ਆ। ਵੀਜ਼ਾ ਔਫੀਸਰ ਇਹ ਸੋਚ ਕੇ ਵੀਜ਼ਾ ਦੇ ਦਿੰਦਾ ਕਿ ਠੀਕ ਆ, ਇੱਥੇ ਵੀਜ਼ਾ ਅਸੀਂ ਦੇ ਦਿੰਦੇ ਹਾਂ ਕਿਉਂਕਿ ਉੱਥੇ ਕਾਫ਼ੀ ਜ਼ਿਆਦਾ ਰਸ਼ ਨਹੀਂ ਹੁੰਦਾ, ਜਿਹੜਾ ਮਾਈਨਸ ਡਿਗਰੀ 'ਚ ਟੈਂਪਰੇਚਰ ਰਹਿਣ ਕਰਕੇ ਕੈਨੇਡਾ ਦਾ ਵੀਜ਼ਾ ਮਿਲ ਜਾਂਦਾ। ਹੁਣ ਇੱਕ ਸਾਲ ਬਾਅਦ ਹੋਰ ਕਿਤੇ ਮੂਵ ਹੋ ਸਕਦੇ ਆ, 6 ਮਹੀਨੇ ਬਾਅਦ ਵੀ ਮੂਵ ਹੋ ਸਕਦੇ ਆ। ਬਟ ਕੀ ਆ, ਇਹ ਪ੍ਰੋਫਾਈਲ ਨਾਲ ਇਹਨਾਂ ਦਾ ਕਿਤੋਂ ਦਾ ਵੀਜ਼ਾ ਨਹੀਂ ਲੱਗਣਾ ਸੀਗਾ ਕਿਉਂਕਿ ਇਹਨਾਂ ਦਾ ਸਕੋਰ ਕਿਤੇ ਨਾ ਕਿਤੇ ਘੱਟ ਸੀ, ਬਟ ਯੂਕੋਨ ਯੂਨੀਵਰਸਿਟੀ ਵਿੱਚ ਇਹਨਾਂ ਦਾ ਵੀਜ਼ਾ ਆਇਆ। ਦੇਖੋ ਕਿੰਨੀ ਫੰਟਾਸਟਿਕ ਸਟੋਰੀ ਆ ਇਹ, ਸਾਨੂੰ ਪਤਾ ਸੀ ਇੱਥੋਂ ਦਾ ਵੀਜ਼ਾ ਮਿਲ ਜਾਣਾ। ਅਗਰ ਇਹਨਾਂ ਦੇ 79 ਆ, 72 ਵੀ ਹੁੰਦੇ, 70 ਵੀ ਹੁੰਦੇ ਤਾਂ ਵੀ ਵੀਜ਼ਾ ਇਹਨਾਂ ਦਾ ਆ ਜਾਣਾ ਸੀ, ਹਾਲਾਂਕਿ ਯੂਨੀਵਰਸਿਟੀ ਦੀ ਰਿਕੁਆਇਰਮੈਂਟ 79 ਆ, ਬਟ ਫਿਰ ਵੀ ਉਹ ਜਿਹੜੀ ਆਫਰ ਲੈਟਰ ਆ ਉਹ 70-72 'ਤੇ ਵੀ ਦੇ ਦਿੰਦੇ ਆ। ਤਾਂ ਇਹ PPRs ਦੀ ਗੱਲ ਆਪਾਂ ਕੀਤੀ ਕਿ PPRs ਕਿਵੇਂ ਬਲਕ ਦੇ ਵਿੱਚ ਆਈਆਂ 2-3 ਦਿਨ ਦੇ ਵਿੱਚ, ਅਤੇ ਹੁਣ ਆਪਾਂ ਕਿੰਨੀ ਉਮੀਦ ਕਰ ਸਕਦੇ ਹਰ ਕੈਟਾਗਰੀ ਦੀ। ਹੁਣ ਅੱਗੇ ਹੋਰ ਕੈਟਾਗਰੀਸ ਵਾਲਿਆਂ ਦੀ ਵੀ ਗੱਲ ਕਰਾਂਗੇ, ਕਿਊਬੈਕ ਵਾਲਿਆਂ ਨੂੰ ਵੀ ਆਪਾਂ ਹਰ ਵੀਡੀਓ ਵਿੱਚ ਰੱਖਦੇ ਹਾਂ। ਬਾਇਓਮੈਟ੍ਰਿਕ, ਉਸ ਤੋਂ ਪਹਿਲਾਂ ਗੱਲ ਕਰਾਂਗੇ ਬਾਇਓਮੈਟ੍ਰਿਕ ਜੋ ਕਲੋਜ਼ ਹੋ ਚੁੱਕਿਆ। ਸਟੂਡੈਂਟਸ ਬਾਇਓਮੈਟ੍ਰਿਕ ਦੀ ਡੇਟ ਨਹੀਂ ਮਿਲ ਰਹੀ, ਉਸ ਦਾ ਰੀਜ਼ਨ ਕੀ ਆ, ਹੁਣੇ 2 ਘੰਟੇ ਪਹਿਲਾਂ ਇੱਕ ਟਵੀਟ ਵੀ ਆਇਆ ਟਵਿੱਟਰ 'ਤੇ ਕਿ ਕਾਫ਼ੀ ਜ਼ਿਆਦਾ ਨੰਬਰ ਆਫ ਬੁਕਿੰਗ ਹੋਣ ਕਰਕੇ ਜਿਹੜਾ ਅਸੀਂ ਬਾਇਓਮੈਟ੍ਰਿਕ ਕਲੋਜ਼ ਕੀਤਾ। ਇਹ ਸਟੂਡੈਂਟਸ 1 ਵੀਕ ਲੱਗ ਸਕਦਾ, ਇਹਨੂੰ 1 ਹਫ਼ਤਾ ਲੱਗੂਗਾ ਕਿ ਬਾਇਓਮੈਟ੍ਰਿਕ ਦੁਬਾਰਾ ਓਪਨ ਹੋਣ, ਤਾਂ ਕੋਈ ਘਬਰਾਉਣ ਦੀ ਗੱਲ ਨਹੀਂ ਕਿ ਬਾਇਓਮੈਟ੍ਰਿਕ ਵਿਦਇਨ ਵੀਕ ਜਿਹੜੇ ਆ ਨੈਕਸਟ ਵੀਕ ਓਪਨ ਹੋ ਜਾਣਗੇ, ਕਾਫ਼ੀ ਹਾਈ ਚਾਂਸਿਸ ਹੈ ਇਸ ਦੇ। ਦੈਨ RT-PCR ਟੈਸਟ ਦੀ ਗੱਲ ਕਰਾਂ, ਜਿਹੜਾ ਕਰੋਨਾ ਟੈਸਟ ਹੁੰਦਾ ਸਟੂਡੈਂਟਸ, ਅਗਰ ਤੁਸੀਂ 1 ਘੰਟੇ ਦੇ ਟੈਸਟ ਲੈਣਾ ਉੱਥੇ ਜਾ ਕੇ ਤਾਂ 3800 ਰੁਪਇਆ ਲੈਂਦੇ ਆ, ਅਗਰ ਤੁਸੀਂ 6-7 ਘੰਟੇ ਵੇਟ ਕਰ ਸਕਦੇ ਹੋ ਤਾਂ ਸਿਰਫ 500 ਰੁਪਇਆ ਲੈਂਦੇ ਆ, ਮਤਲਬ 3800 ਰੁਪਇਆ ਦੇ ਕੇ 1 ਘੰਟੇ ਤੁਸੀਂ ਟੈਸਟ ਕਰਾ ਕੇ ਆਪਣੀ ਫਲਾਈਟ ਕਰ ਸਕਦੇ ਹੋ, ਤਾਂ ਵੀ ਇੱਕ ਨਵੀਂ ਅਪਡੇਸ਼ਨ ਸੀਗੀ। ਦੈਨ ਆਪਾਂ ਪ੍ਰੋਸੈਸਿੰਗ ਟਾਈਮ 'ਤੇ ਵੀ ਗੱਲ ਕਰਾਂਗੇ। ਪੈਕੇਜਸ ਸਟੂਡੈਂਟਸ ਦੀ ਇੱਕ ਬੈਡ ਨਿਊਜ਼ ਕਿ ਅੱਜ 2 ਸਟੂਡੈਂਟਸ ਦਾ ਫੋਨ ਆਇਆ, ਏਜੰਟਸ ਨੇ ਪੈਕੇਜ ਦੇ ਵਿੱਚ ਉਹਨਾਂ ਦਾ ਵੀਜ਼ਾ ਰਿਜੈਕਟ ਕਰਵਾਇਆ। ਕਈ ਸਟੂਡੈਂਟਸ ਮੈਂ ਸੁਣ ਰਿਹਾ ਏਅਰਪੋਰਟ ਤੋਂ ਵੀ ਡਿਪੋਰਟ ਹੋ ਰਹੇ ਆ। ਉਸ ਦਾ ਰੀਜ਼ਨ ਕੀ ਆ ਕਿ ਏਜੰਟ ਲੋ ਕਲਾਸ ਜਿਹੜੇ ਕਾਲਜਸ ਆ ਉਹਨਾਂ ਨੂੰ ਡੀਲ ਕਰਦੇ ਆ, ਉਹਨਾਂ ਦੀ ਫੀਸ ਪੇ ਨਹੀਂ ਕਰਦੇ, ਜੇ ਪੇ ਕਰਦੇ ਆ ਤਾਂ ਫੇਕ ਰਿਸੈਪਟਸ ਲਗਾ ਦਿੰਦੇ ਆ, ਜਦੋਂ ਅੰਬੈਸੀ ਕੋਲ ਉਹ ਸਾਰੇ ਡਾਕੂਮੈਂਟਸ ਜਾਂਦੇ ਆ ਤਾਂ ਵੀਜ਼ਾ ਆਫਿਸਰ ਵੀਜ਼ਾ ਬੈਨ ਕਰ ਦਿੰਦਾ। ਅਗਰ ਵੀਜ਼ਾ ਅੰਬੈਸੀ ਦੇ ਵਿੱਚੋਂ ਵੀਜ਼ਾ ਨਿਕਲ ਵੀ ਗਿਆ ਫੇਕ ਡਾਕੂਮੈਂਟਸ ਨਾਲ, ਤਾਂ ਏਅਰਪੋਰਟ 'ਤੇ ਕੈਚ ਹੋ ਜਾਂਦਾ ਸਟੂਡੈਂਟਸ, ਉਹਦਾ ਚੈੱਕ ਹੋ ਜਾਂਦੀਆਂ ਜਿਹੜੀਆਂ ਰਿਸੈਪਟਸ ਹੁੰਦੀਆਂ ਫੀ ਵਾਲੀਆਂ। ਤਾਂ ਇਹ ਬਹੁਤ ਹੀ ਬੈਡ ਨਿਊਜ਼ ਹੈ ਇੱਕ ਕਿ ਪੈਕੇਜਸ ਨੂੰ ਅਵੋਇਡ ਕਰੋ, ਕਮ ਸੇ ਕਮ ਤੁਹਾਡਾ ਜਿਹੜਾ ਕਾਲਜ ਆ ਉਹ ਵੈਲ ਰਿਪਿਊਟਡ ਕਾਲਜ ਹੋਵੇ, ਅਗਰ ਪੈਕੇਜ ਵੀ ਕਰ ਰਹੇ ਹੋ ਵਰਕ ਪਰਮਿਟ ਹੋਵੇ, ਔਰ ਤੁਹਾਡਾ ਜਿਹੜਾ ਏਜੰਟ ਆ ਪ੍ਰੋਪਰ ਫੀਸ ਪੇ ਕਰ ਰਿਹਾ ਹੋਵੇ ਉਸ ਕਾਲਜ ਦੇ ਵਿੱਚ, ਤਾਂ ਹੀ ਪੈਕੇਜ ਕਰੋ ਸਟੂਡੈਂਟਸ, ਨਹੀਂ ਤਾਂ ਅਦਰਵਾਈਜ਼ ਨਾ ਕਰੋ, ਕੋਈ ਫਾਇਦਾ ਨਹੀਂ ਲਾਈਫ ਖਰਾਬ ਕਰਨ ਦਾ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਰਿਫਿਊਜ਼ ਸਟੂਡੈਂਟਸ ਦੀ। ਜਿਹੜੇ ਰਿਫਿਊਜ਼ ਹੋਏ ਸਟੂਡੈਂਟਸ ਆ ਉਹ ਆਪਣਾ ਇੱਦਾਂ ਹੀ ਰੀਜਨਲ ਏਰੀਆ, ਜਿਵੇਂ ਕਿ ਮੈਂ ਐਲਗੋਕਿਨ ਕਿਹਾ, ਓਟਵਾ, ਇੱਥੇ ਵੀ ਕਾਫ਼ੀ ਹੱਦ ਤੱਕ ਰਸ਼ ਘੱਟ ਆ, ਜੇ ਯੂਕੋਨ ਯੂਨੀਵਰਸਿਟੀ ਆ, ਇੱਧਰ ਅਪਲਾਈ ਕਰਕੇ ਆਪਣਾ ਵੀਜ਼ਾ ਲੈ ਸਕਦੇ ਆ ਜਿਹੜੇ ਬੱਚੇ ਨਿਰਾਸ਼ ਹੋ ਚੁੱਕੇ ਆ। ਤਾਂ ਸਟੂਡੈਂਟਸ ਦੈਨ ਆਪਾਂ ਕਿਊਬੈਕ ਵਾਲਿਆਂ ਦੀ ਗੱਲ ਕਰਾਂਗੇ ਕਿ ਬਹੁਤ ਕੰਪਲੇਂਟਸ ਆ ਰਹੀਆਂ ਕਿਊਬੈਕ ਵਾਲੇ ਸਟੂਡੈਂਟਸ ਦਾ ਪੈਸਾ ਸਟੱਕ ਹੋ ਗਿਆ ਕਾਲਜਾਂ ਦੇ ਵਿੱਚ। ਕੋਈ ਕਹਿੰਦਾ 5 ਮਹੀਨੇ ਹੋ ਗਏ, ਕੋਈ ਕਹਿੰਦਾ 6 ਮਹੀਨੇ ਹੋ ਗਏ, ਸਾਡਾ ਰਿਫੰਡ ਨਹੀਂ ਆਇਆ। ਦੇਖੋ ਸਟੂਡੈਂਟਸ, ਜਿੰਨੇ ਵੀ ਕਿਊਬੈਕ ਵਾਲੇ ਆ, ਗੱਲ ਧਿਆਨ ਨਾਲ ਸੁਣਿਓ,
कि पिछले 2 साल तो इनकम ऑफ सोर्स बंद हो चुका ए सस्पेंडेड कॉलेजेस दा हुण रिफंड तां ही उह करनगे अगर उन्हां नूं किसे तरह की कोई इनकम आऊगी ਉਹ ਵੀ ਹੁਣ ਉਹਨਾਂ ਉਹਨਾਂ ਨੂੰ ਰਿਫੰਡ ਮਿਲ ਜਾਏਗਾ ਜਿਹੜੇ ਹੁਣ ਸਟਾਰਟਿੰਗ ਦੇ ਵਿੱਚ ਰਿਫੰਡ ਲੈ ਜਾਣਗੇ ਅੱਜ ਤੋਂ 6 ਮਹੀਨੇ ਅਗਰ ਇਹ ਕਾਲਜਾਂ ਦਾ ਨਹੀਂ ਕੁਝ ਬਣਦਾ ਤੇ ਉਸ ਤੋਂ ਬਾਅਦ ਕੀ ਹਾਲਾਤ ਹੋਣ ਵਾਲੇ ਆ ਇਹ ਤੁਸੀਂ ਆਪਣੀ ਕਾਮਨ ਸੈਂਸ ਨਾਲ ਸਮਝ ਸਕਦੇ ਹੋ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਇਸ ਦੇ ਵਿੱਚ ਮੇਰੀ ਏਜੰਟਸ ਨੂੰ ਵੀ ਰਿਕੁਐਸਟ ਆ ਜਿਹੜੇ ਕਿਊਬੈਕ ਦਾ ਕਰਦੇ ਸੀਗੇ ਜਿਹੜੇ ਹੈਗੇ ਕਿਊਬੈਕ ਦੇ ਸਪੈਸ਼ਲਿਸਟ ਸੀਗੇ ਹੋਰ ਉਹਨਾਂ ਨੂੰ ਕਿਸੇ ਪ੍ਰੋਵਿੰਸ ਬਾਰੇ ਪਤਾ ਹੀ ਨਹੀਂ ਸੀ ਜਾਂ ਪਤਾ ਸੀ ਬਟ ਉਹਨਾਂ ਦਾ ਇੰਟਰਸਟ ਹੀ ਨਹੀਂ ਸੀਗਾ ਕਿਊਬੈਕ ਦੇ ਵਿੱਚ ਹੀ ਮੋਲਡ ਕੀਤਾ ਬੱਚਿਆਂ ਨੂੰ ਔਰ ਕਿਊਬੈਕ ਵਾਲੇ ਏਜੰਟਸ ਨੂੰ ਰਿਕੁਐਸਟ ਆ ਕਿ ਬੱਚਿਆਂ ਨੂੰ ਸਪੋਰਟ ਕਰੋ ਚਲੋ ਐਟ ਲੀਸਟ ਜੋ ਵੀ ਹੋਇਆ ਗਲਤ ਹੋਇਆ ਕਾਲਜਸ ਦੁਆਰਾ ਹੋਇਆ ਜਾਂ ਕਿਵੇਂ ਵੀ ਏਜੰਟਸ ਨੇ ਟਾਈਮ ਰਹਿੰਦੇ ਆ ਆਪਣੇ ਸਟੂਡੈਂਟਸ ਦੇ ਨਹੀਂ ਕਾਲਜ ਚੇਂਜ ਕੀਤੇ ਨਹੀਂ ਵਿਦਡਰਾਅ ਪਾਏ ਤਾਂ ਚਲੋ ਹੁਣ ਐਟ ਲੀਸਟ ਸਟੂਡੈਂਟਸ ਨੂੰ ਸਪੋਰਟ ਜ਼ਰੂਰ ਕਰੋ ਬੱਚੇ ਬਹੁਤ ਪਰੇਸ਼ਾਨ ਆ ਸਾਨੂੰ ਬਹੁਤ ਜ਼ਿਆਦਾ ਕਾਲਿੰਗ ਆਉਂਦੀ ਆ ਅਸੀਂ ਕੋਸ਼ਿਸ਼ ਕਰਦੇ ਹਾਂ ਸੋਲੂਸ਼ਨ ਦੱਸਣ ਦੀ ਬਟ ਐਟ ਲੀਸਟ ਕਿਤੇ ਨਾ ਕਿਤੇ ਉਹ ਸੋਲੂਸ਼ਨ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਸੋਲੂਸ਼ਨ ਕਰ ਸਕਦੇ ਹੋ ਤਾਂ ਇਹ ਮੇਰੀ ਸਪੈਸ਼ਲ ਐਡਵਾਈਸ ਔਰ ਰਿਕੁਐਸਟ ਹੱਥ ਜੋੜ ਕੇ ਉਹਨਾਂ ਏਜੰਟਸ ਨੂੰ ਜਿਹੜੇ ਕਿਊਬੈਕ ਦਾ ਕਰਦੇ ਸੀ ਔਰ ਬੱਚੇ ਹੁਣ ਰੋਲ ਰਹੇ ਆ ਉਹਨਾਂ ਨੂੰ ਸਪੋਰਟ ਜ਼ਰੂਰ ਕਰੋ ਪਲੀਜ਼ ਦੈਨ ਆਪਾਂ ਗੱਲ ਕਰੀਏ ਜੀ ਪੀਆਰ ਵਾਲਿਆਂ ਦੀ ਪੀਆਰ ਵਾਲਿਆਂ ਦੇ ਜਿਹੜਾ ਉਹੀ ਪ੍ਰੋਸੈਸ ਚੱਲ ਰਿਹਾ ਜਿਵੇਂ ਪਹਿਲਾਂ ਸੀਗਾ ਉਹਨਾਂ ਵਿੱਚ ਕੋਈ ਜ਼ਿਆਦਾ ਗਰੋਥ ਨਹੀਂ ਦੇਖਣ ਨੂੰ ਮਿਲੀ ਜਿਵੇਂ ਸਟੂਡੈਂਟ ਵੀਜ਼ਾ ਸਪਾਊਸ ਵੀਜ਼ਾ ਅੱਜ ਤੋਂ ਸਟਾਰਟ ਹੋਇਆ ਤੇ ਕਾਫੀ ਪੀਪੀਆਰਸ ਆਈਆਂ ਅੱਜ ਰਾਤ ਤਾਂ ਪੀਆਰ ਵਾਲਿਆਂ ਦਾ ਉਦਾਂ ਹੀ ਪ੍ਰੋਸੈਸਿੰਗ ਚੱਲ ਰਹੀ ਆ 1.5-2 ਮਹੀਨੇ ਤੁਹਾਨੂੰ ਵੇਟ ਕਰਨੀ ਹੀ ਪੈਗੀ ਜੋ ਲੱਗਦਾ ਸਟੂਡੈਂਟਸ ਵੀਜ਼ਾ ਔਰ ਸਪਾਊਸ ਵੀਜ਼ਾ ਨੂੰ ਪ੍ਰਾਇਓਰਟੀ ਮਿਲ ਰਹੀ ਆ ਵਿਜ਼ਟਰ ਵੀਜ਼ਾ ਪੇਰੈਂਟਸ ਨੂੰ ਮਿਲ ਰਿਹਾ ਜਾਂ ਜਿਨ੍ਹਾਂ ਦਾ ਕੋਈ ਉੱਥੇ ਬਲੱਡ ਰਿਲੇਸ਼ਨ ਹੈਗਾ ਕੋਈ ਉਹਨਾਂ ਦੇ ਬੱਚੇ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਦੇ ਫੈਮਿਲੀ ਮੈਂਬਰ ਆ ਉਹਨਾਂ ਨੂੰ ਵੀਜ਼ਾ ਮਿਲ ਰਿਹਾ ਉਹ ਵੀ ਅਗਰ ਤੁਹਾਡਾ 10 ਸਾਲ ਦਾ ਵੀਜ਼ਾ ਲੱਗਿਆ ਔਰ ਤੁਸੀਂ ਦੁਬਾਰਾ ਹੁਣ ਜਾਣਾ ਚਾਹੁੰਦੇ ਹੋ ਤੁਹਾਨੂੰ ਇਨਵੀਟੇਸ਼ਨ ਦੀ ਜ਼ਰੂਰ ਲੋੜ ਪੈਗੀ ਏਅਰਪੋਰਟ 'ਤੇ ਉਹ ਪੁੱਛ ਰਿਹਾ ਕਿ ਇਸ ਹਾਲਾਤਾਂ ਦੇ ਵਿੱਚ ਕਿਉਂ ਜਾ ਰਹੇ ਹੋ ਤਾਂ ਇਹ ਚੀਜ਼ ਖਾਸ ਧਿਆਨ ਦੇ ਵਿੱਚ ਰੱਖਿਓ ਬਾਕੀ ਸਟੂਡੈਂਟਸ ਜ਼ਿਆਦਾ ਕਿਸੇ ਵੀ ਜ਼ਿਆਦਾ ਜਾਣਕਾਰੀ ਲਈ ਐਨੀ ਟਾਈਮ ਕੰਟੈਕਟ ਕਰ ਸਕਦੇ ਹੋ ਜਨਵਰੀ 2022 ਦੇ ਕਾਲਜਸ ਬਹੁਤ ਥੋੜ੍ਹੇ ਰਹਿ ਗਏ ਆ ਆਫਰ ਲੈਟਰ ਅਪਲਾਈ ਕਰ ਸਕਦੇ ਹੋ ਕਾਫੀ ਕਾਲਜਾਂ 'ਚ ਵੀਵਰ ਵੀ ਚੱਲ ਰਿਹਾ ਤਾਂ ਮੇਰੀ ਰਿਕੁਐਸਟ ਆ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਹੈਲਪ ਚਾਹੀਦੀ ਆ ਐਜ਼ ਏ ਬਿਗ ਬ੍ਰਦਰ ਤੁਸੀਂ ਐਨੀ ਟਾਈਮ ਕੰਟੈਕਟ ਕਰ ਸਕਦੇ ਹੋ ਜਿਹੜੇ ਪੇਰੈਂਟਸ ਮੇਰੀ ਵੀਡੀਓ ਦੇਖਦੇ ਆ ਬਹੁਤ ਪਿਆਰ ਦਿੰਦੇ ਆ ਔਰ ਕਈ ਮੈਨੂੰ ਮਾਤਾਵਾਂ ਦਾ ਫੋਨ ਆਉਂਦਾ ਕਿ ਅਸੀਂ ਖਾਣਾ ਬਣਾਉਂਦੇ ਹੋਏ ਤੁਹਾਡੀ ਵੀਡੀਓ ਲਗਾ ਕੇ ਰੱਖ ਦਿੰਦੇ ਹਾਂ ਔਰ ਵੀਡੀਓ ਦੇਖਦੇ ਦੇਖਦੇ ਖਾਣਾ ਬਣਾਉਣੀ ਇੱਕ ਲਵ ਇੱਕ ਰਿਸਪੈਕਟ ਤੁਹਾਡੀ ਬਹੁਤ ਜ਼ਿਆਦਾ ਔਰ ਇਸ ਗੱਲ ਨੂੰ ਲੈ ਕੇ ਮੈਂ ਇਮੋਸ਼ਨਲ ਭਾਵਕ ਵੀ ਕਈ ਵਾਰੀ ਬਹੁਤ ਹੋ ਜਾਂਦਾ ਜਦੋਂ ਫੋਨ 'ਤੇ ਜਾਂ ਆਫਿਸ ਆ ਕੇ ਲੋਕ ਇੰਨਾ ਪਿਆਰ ਕਰਦੇ ਇੰਨੀ ਸਪੋਰਟ ਕਰਦੇ ਆ ਤਾਂ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਪਿਆਰ ਰਿਸਪੈਕਟ ਉਹ ਇੱਦਾਂ ਹੀ ਕੰਟੀਨਿਊ ਰੱਖਿਓ ਮੇਰੇ ਵੱਲੋਂ ਵੀਜ਼ਾ ਗੁਰੂ ਸਟੱਡੀ ਅਬਰੋਡ ਵੱਲੋਂ ਤੁਹਾਨੂੰ ਕਦੇ ਕੋਈ ਕੰਪਲੇਂਟ ਨਹੀਂ ਆਏਗੀ ਇਹ ਸਾਡਾ ਪ੍ਰੋਮਿਸ ਆ ਤੁਹਾਡਾ ਜੋ ਵੀ ਕੰਮ ਹੋਏਗਾ 1 ਨੰਬਰ ਜੈਨੂਇਨ ਕੀਤਾ ਜਾਏਗਾ ਤਾਂ ਸਟੂਡੈਂਟਸ ਇਨਾ ਟਾਈਮ ਦੇਣ ਦੇ ਲਈ ਫਾਰ ਯੋਰ ਲਵ ਐਂਡ ਰਿਸਪੈਕਟ ਥੈਂਕ ਯੂ ਧੰਨਵਾਦ